ਸੰਤ AK-47 ਨਹੀਂ ਰੱਖਦੇ, ਇਸ ਤਰ੍ਹਾਂ ਕੰਗਣਾ ਰਣੌਤ ਕਹਿੰਦੇ। ਤੇ ਉਹਨਾਂ ਕੋਲ ਵੀ ਨਹੀਂ ਸੀ AK-47, ਉਹਨਾਂ ਕੋਲ ਤਾਂ ਤੀਰ ਹੁੰਦਾ ਸੀ। ਹੁਣ ਕਹਿੰਦੀ ਜੀ 99% ਮੰਨਦੇ ਸੀ, ਸਿਰਫ 1% ਲੋਕ ਹੋਣੇ ਆ ਜਿਹੜੇ ਨਹੀਂ ਮੰਨਦੇ, 99% ਮੰਨਦੇ ਆ। ਉਹਨਾਂ ਨੂੰ ਤਾਂ ਈਵਨ ਹਿੰਦੂ ਵੀ ਮੰਨਦੇ ਆ। ਚਾਹੁੰਦੇ ਹੋ ਕਿ ਇੰਡੀਆ ਡਿਵੈਲਪ ਕਰੇ ਤਾਂ ਯੂਨਾਈਟਿਡ ਸਟੇਟਸ ਆਫ ਇੰਡੀਆ ਬਣਾਉਣਾ ਹੀ ਪੈਣਾ ਹੈ। ਹੁਣ ਹਰਿਆਣੇ ਚ ਦੇਖ ਲਿਓ ਕੰਗਣਾ ਕਰਕੇ BJP ਦਾ ਕਿੰਨਾ ਮਾੜਾ ਹਾਲ ਆਉਣਾ। ਇਹ ਭਾਜੀ ਘਟੀਆ ਸ਼ੋਹਰਤ ਭਾਲਦੀ ਹੈ। ਇਹ ਕਹਿੰਦੀ ਵੀ ਚਾਹੇ ਮੈਨੂੰ ਗਾਲਾਂ ਕੱਢੀ ਜਾਓ, ਕੱਢੋ ਤਾਂ ਸਹੀ। ਢੀਠ ਜਨਾਨੀ ਹੈ ਨਾ, ਜਿਹਨੂੰ ਢੀਠ ਕਹੀਦਾ ਉਹ ਹੈ। ਪਿਛਲੇ ਦਿਨਾਂ ਦੇ ਦੌਰਾਨ BJP ਦੇ ਮੈਂਬਰ ਪਾਰਲੀਮੈਂਟ ਕੰਗਣਾ ਰਣੌਤ ਦੇ ਕਈ ਐਸੇ ਬਿਆਨ ਸਾਹਮਣੇ ਆਏ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਵਿਵਾਦ ਛਿੜਿਆ ਹੋਇਆ। ਵਿਵਾਦ ਉਹਨਾਂ ਦੇ ਬਿਆਨਾਂ ਨੂੰ ਲੈ ਕੇ ਵੀ, ਉਹਨਾਂ ਦੀ ਫਿਲਮ ਨੂੰ ਲੈ ਕੇ ਵੀ। ਆਖਿਰ ਕਿਉਂ ਜ਼ਿਆਦਾਤਰ ਸਿੱਖਾਂ ਦੇ ਨਾਲ ਇਸ ਵੇਲੇ ਟਸਲ ਪੈ ਰਹੀ ਹੈ, ਜਾਂ ਫਿਰ ਪੰਜਾਬ ਦੇ ਨਾਲ ਕਿਉਂ ਇਸ ਵੇਲੇ ਦਰਾਰ ਵਾਲੇ ਹਾਲਾਤ ਪੈਦਾ ਹੋ ਰਹੇ ਨੇ? ਸਾਡੇ ਨਾਲ ਪੰਜਾਬ ਦੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ, ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ। ਖਾਲਸਾ ਜੀ, ਕੀ ਸਮਝਦੇ ਹੋ ਕਿਉਂ ਐਸੀ ਸਥਿਤੀ ਪੈਦਾ ਹੋ ਰਹੀ ਹੈ? ਕੰਗਣਾ ਰਣੌਤ ਦੇ ਲਗਾਤਾਰ ਜਿਹੜੇ ਬਿਆਨ ਆਉਂਦੇ ਨੇ, ਲਗਾਤਾਰ ਇਸ ਤਰ੍ਹਾਂ ਦਾ ਮਾਹੌਲ ਕਿਤੇ ਨਾ ਕਿਤੇ ਤਕਰਾਰ ਵਾਲਾ ਪੈਦਾ ਹੋ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਜੇ ਤੁਹਾਨੂੰ ਮਨ ਦੀ ਗੱਲ ਦੱਸਾਂ ਨਾ, ਸਹੀ ਮਨ ਦੀ, ਇਹਦੇ ਬਾਰੇ ਗੱਲ ਕਰਨ ਨੂੰ ਜੀ ਨਹੀਂ ਕਰਦਾ। ਮਤਲਬ ਨਾ ਕੋਈ ਗੱਲ ਤਾਂ ਹੋਵੇ, ਵੀ ਕੋਈ ਸੁਰ ਪੈਰ ਵਾਲੀ ਗੱਲ ਤਾਂ ਲੈ, ਤੂੰ ਕੋਈ ਨੌਲੇਜ ਤਾਂ ਪੜ੍ਹਤਾ ਸਹੀ, ਕੋਈ ਕਿਸੇ ਚੀਜ਼ ਦੀ ਨੌਲੇਜ ਤਾਂ ਲੈ, ਫਿਰ ਤੂੰ ਬਿਆਨ ਕਰ। ਹੁਣ ਕਹਿੰਦੀ ਜੀ 99% ਮੰਨਦੇ ਸੀ, ਇਹਨੂੰ ਕਹਿ ਵੀ ਪੰਜਾਬ ਚ ਆ ਕੇ ਦੇਖੋ ਰੇ ਗੱਡੀਆਂ ਤੇ, ਤੈਨੂੰ ਗੱਡੀਆਂ ਤੇ ਕਿੰਨੇ ਸਟਿੱਕਰ ਦਿਖ ਜਾਣਗੇ ਲੱਗੇ ਹੋਏ ਸੰਤਾਂ ਦੇ, ਠੀਕ ਹੈ ਨਾ। ਤੇ ਵੈਸੇ ਕਿਤੇ ਐਜੀਟੇਸ਼ਨ ਹੁੰਦਾ, ਕੁਛ ਹੁੰਦਾ, ਉੱਥੇ ਸੰਤਾਂ ਦਾ ਕਿਵੇਂ ਨਾਰੇ ਲੱਗਦੇ ਆ ਸੰਤਾਂ ਦੇ, ਸਿਰਫ 1% ਲੋਕ ਹੋਣੇ ਆ ਜਿਹੜੇ ਨਹੀਂ ਮੰਨਦੇ, 99% ਮੰਨਦੇ ਆ। ਮਤਲਬ ਉਹਨੂੰ ਨੌਲੇਜ ਹੀ ਨਹੀਂ ਹੈ ਭਾਜੀ, ਕੀ ਕਹੀਏ। ਅਗਰ ਕੀ ਲੱਗਦਾ ਤੁਹਾਨੂੰ, ਅਗਰ ਕੰਗਣਾ ਰਣੌਤ ਦਾ ਇਸ ਤਰ੍ਹਾਂ ਦਾ ਬਿਆਨ ਆਉਂਦਾ, ਮੈਂ ਕਲੀਅਰ ਕਰ ਦਿਆਂ, ਜਿਹੜਾ ਉਹਨਾਂ ਨੇ ਬਿਆਨ ਦਿੱਤਾ ਕਿ 99% ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸੰਤ ਨਹੀਂ ਕਹਿੰਦੇ ਮੰਨਦੇ, ਇਸ ਤਰ੍ਹਾਂ ਦਾ ਉਹਨਾਂ ਦਾ ਬਿਆਨ, ਕੀ ਲੱਗਦਾ ਕਿ ਇਸ ਤਰ੍ਹਾਂ ਦਾ ਬਿਆਨ ਜੇ ਉਹਨਾਂ ਨੇ ਦਿੱਤਾ ਤਾਂ ਤੁਸੀਂ ਵੈਸੇ ਕੀ ਸਮਝਦੇ ਹੋ? ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਜਿਹੜਾ ਹੈਗਾ ਸ਼ਖਸੀਅਤ ਬਾਰੇ, ਉਹਨਾਂ ਤੇ ਇਸ ਬਿਆਨ ਬਾਰੇ ਤੁਸੀਂ ਕੀ ਸਮਝਦੇ ਹੋ, ਜੇ ਉਹਨਾਂ ਨੇ ਕਿਹਾ ਕਿ 99% ਜਿਹੜੇ ਲੋਕ ਨਹੀਂ ਮੰਨਦੇ? ਨਹੀਂ ਜੀ, ਗਲਤ ਹੈ। ਤੁਸੀਂ ਭਾਜੀ, ਮੈਂ ਕਹਿ ਕੇ ਹਟਿਆ ਨਾ, ਗੱਡੀਆਂ ਤੇ ਜਿੱਥੇ ਐਜੀਟੇਸ਼ਨ ਹੁੰਦਾ ਹੈ, ਜਿੱਥੇ ਕੋਈ ਪ੍ਰੋਗਰਾਮ ਹੁੰਦਾ ਹੈ, ਉੱਥੇ ਸੰਤਾਂ ਦੇ ਬੈਨਰ। ਮਤਲਬ ਮੈਂ ਕਹਿੰਦਾ ਸਿਰਫ 99% ਲੋਕ ਹੈ ਜਿਹੜੇ ਉਹਨਾਂ ਨੂੰ ਸੰਤ ਤੇ ਸਿਪਾਹੀ ਮੰਨਦੇ ਹੈ, 1% ਲੋਕ ਹੋਣੇ ਆ। ਉਹਨਾਂ ਨੂੰ ਤਾਂ ਈਵਨ ਹਿੰਦੂ ਵੀ ਮੰਨਦੇ ਹੈ ਵਿੱਚ ਵਿੱਚ, ਬਹੁਤ ਵਿੱਚ ਵਿੱਚ ਕੀ, ਬਹੁਤ ਜ਼ਿਆਦਾ ਮੰਨਦੇ ਹੈ ਬਈ ਹਾਂ ਸੀਗੇ, ਉਹਨਾਂ ਦੀ ਗੱਲ ਜੋ ਸੀ ਸੱਚੀ ਸੀ। ਅੱਜ ਪੰਜਾਬ ਦਾ ਹਾਲ ਦੇਖ ਲਓ, ਕਿਵੇਂ ਮੁੰਡੇ ਚਿੱਟੇ ਨਾਲ ਮਰਦੇ ਆ। ਜੇ ਤੁਸੀਂ ਇਹ ਗੱਲ ਸੋਚਦੇ ਹੋ ਕਦੇ, ਜੇ ਸੰਤ ਹੁੰਦੇ ਤਾਂ ਐਵੇਂ ਨਸ਼ਾ ਚੱਲਦਾ ਪੰਜਾਬ ਚ? ਇੱਕ ਹੋਰ ਚੀਜ਼ ਉਹ ਕਹਿੰਦੇ ਨੇ, ਇੱਕ ਹੋਰ ਟਿੱਪਣੀ ਕੀਤੀ, ਉਹ ਕਹਿੰਦੇ ਨੇ ਕਿ ਸੰਤ AK-47 ਨਹੀਂ ਰੱਖਦੇ, ਇਸ ਤਰ੍ਹਾਂ ਕੰਗਣਾ ਰਣੌਤ ਕਹਿੰਦੇ। ਤੇ ਉਹਨਾਂ ਕੋਲ ਵੀ ਨਹੀਂ ਸੀ AK-47, ਉਹਨਾਂ ਕੋਲ ਤਾਂ ਤੀਰ ਹੁੰਦਾ ਸੀ।
ਮਤਲਬ ਭਾਜੀ ਮੈਂ ਨੀ ਸਮਝਦਾ ਇਹਦੇ ਬਾਰੇ ਕੋਈ ਗੱਲ ਕਰਕੇ ਫਾਇਦਾ ਹੈ। ਇਹ ਤਾਂ ਮਤਲਬ ਮੈਂ ਕਹਿੰਦਾ ਵੀ ਜੇ ਕਿਤੇ ਮਾੜੀ ਮੋਟੀ ਬੀਜੇਪੀ ਉੱਪਰ ਉੱਠਦੀ ਹੈ ਇਹ ਡਬਲ ਉਹਨੂੰ ਇਹ ਬੀਜੇਪੀ ਦਾ ਹੁਣ ਹਰਿਆਣੇ ਚ ਦੇਖ ਲਿਓ ਕੰਗਣਾ ਕਰਕੇ ਬੀਜੇਪੀ ਦਾ ਕਿੰਨਾ ਮਾੜਾ ਹਾਲ ਆਉਣਾ ਹੈ, ਬਹੁਤ ਮਾੜਾ ਹਾਲ ਹੋਊਗਾ ਬੀਜੇਪੀ ਦਾ। ਇਹ ਕੰਗਣਾ ਜੋ ਦਿੰਦੀ ਹੈ ਨਾ ਕਿਸਾਨਾਂ ਦੇ ਖਿਲਾਫ, ਇਹ ਉਹਦਾ ਹੁਣ ਰਿਜ਼ਲਟ ਨਿਕਲਣਾ ਹਰਿਆਣੇ ਦੇ ਵਿੱਚ। ਇਹ ਜੋ ਰਿਜ਼ਲਟ ਨਿਕਲੂਗਾ ਬੀਜੇਪੀ ਦਾ ਉਹਦਾ ਸਾਰਾ ਕ੍ਰੈਡਿਟ ਕੰਗਣਾ ਨੂੰ ਜਾਊਗਾ। ਅੱਛਾ, ਤੁਸੀਂ ਕਾਨੂੰਨੀ ਤੌਰ ਤੇ ਵੀ ਦੇਖਿਆ ਹੋਏਗਾ ਤਾਂ ਕਾਨੂੰਨੀ ਤੌਰ ਤੇ ਜਿਹੜਾ ਦਰਬਾਰ ਸਾਹਿਬ ਵੇਲੇ ਜੋ ਕੁਝ ਦਰਬਾਰ ਸਾਹਿਬ ਤੇ ਹਮਲੇ ਵੇਲੇ ਜੋ ਕੁਝ ਵਾਪਰਿਆ ਉਸ ਵੇਲੇ ਤੱਕ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਸੀ ਬਾਈ ਜੀ? ਜਦੋਂ ਇੰਦਰਾ ਗਾਂਧੀ ਨੇ ਸਵੇਰੇ ਦਰਬਾਰ ਸਾਹਿਬ ਤੇ ਅਟੈਕ ਕਰਨਾ ਸੀ ਤਾਂ ਉਹਨੂੰ ਅਫਸਰਾਂ ਨੇ ਕਿਹਾ ਬੀਬੀ ਜੀ ਤੁਸੀਂ ਅਟੈਕ ਤਾਂ ਕਰਨ ਲੱਗੇ ਹੋ ਸੰਤਾਂ ਨੂੰ ਵਾਂਟਡ ਕਰਕੇ, ਉਹਦੇ ਖਿਲਾਫ਼ ਐਫ ਆਈ ਆਰ ਤਾਂ ਹੈ ਨੀ ਕੋਈ। ਇਹਨੇ ਇੰਦਰਾ ਗਾਂਧੀ ਨੇ ਰਾਤੋ ਰਾਤ ਐਫ ਆਈ ਆਰ ਕਟਾਈ ਸੰਤਾਂ ਦੀ, ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ, ਤਾਂ ਉਹਦੇ ਵਿਚ ਵਾਂਟਡ ਕਰਕੇ ਤੇ ਤਾਂ ਅਟੈਕ ਕੀਤਾ ਹੈ। ਉਹਨਾਂ ਦੇ ਖਿਲਾਫ਼ ਤਾਂ ਐਫ ਆਈ ਆਰ ਕੋਈ ਨੀ ਸੀ। ਮਤਲਬ ਇਹ ਜਿਹੜੀਆਂ ਗੱਲਾਂ ਮੈਂ ਨਾ ਭਾਜੀ ਕਰਦੀ ਹੈ, ਮਤਲਬ ਯੂਜ਼ਲੈਸ ਗੱਲਾਂ ਹੈ, ਬਿਲਕੁਲ ਕੋਈ ਫਾਇਦਾ ਨਹੀਂ ਇਹਨਾਂ ਗੱਲਾਂ ਦਾ, ਇਹਦੇ ਨਾਲ ਮੱਥਾ ਮਾਰ ਕੇ ਕੋਈ ਫਾਇਦਾ ਨਹੀਂ, ਕੋਈ ਆਧਾਰ ਨਹੀਂ ਇਹਦੀਆਂ ਗੱਲਾਂ ਦਾ। ਦੱਸੋ ਇਹਨੂੰ ਪੁੱਛੋ ਵੀ ਕਿੱਥੋਂ ਤੂੰ ਪੜ੍ਹ ਕੇ ਆਈ ਆ, ਪਹਿਲਾਂ ਇਹੀ ਦੱਸ ਦੇ ਕਿੱਥੋਂ ਪੜ੍ਹਿਆ, ਕਿਹੜੀਆਂ ਕਿਤਾਬਾਂ ਤੂੰ ਪੰਜਾਬ ਜਾਂ ਸਿੱਖ ਹਿਸਟਰੀ ਬਾਰੇ ਪੜ੍ਹ ਲਈਆਂ, ਜਾਂ 84 ਦੇ ਤੂੰ ਕਿਹੜੀ ਕਿਤਾਬ ਪੜ੍ਹੀ ਆ, ਨਾਮ ਦੱਸ ਦੇ, ਐਵੇਂ ਬੋਲੀ ਜਾਂਦੀ ਆ ਬੇਟੀ। ਅੱਛਾ, ਇੱਕ ਹੋਰ ਮੈਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਭਰਾ ਦੇ ਨਾਲ ਇੱਕ ਵਾਰ ਅਸੀਂ ਇੰਟਰਵਿਊ ਕਰ ਰਹੇ ਸੀ, ਉਹਨਾਂ ਨੇ ਇੱਕ ਸਾਫ਼ ਤੌਰ ਤੇ ਬਿਆਨ ਦਿੱਤਾ ਸੀ ਕਿ ਸੰਤਾਂ ਨੇ ਕਦੇ ਵੀ ਕਹਿੰਦੇ ਕਿ ਖਾਲਸਾ ਦੀ ਮੰਗ ਨਹੀਂ ਸੀ ਕੀਤੀ, ਪਰ ਜਿਹੜੀ ਫਿਲਮ ਪਿੱਛੇ ਜੇ ਆਈ ਦਿਖਾਈ ਉਹ ਚ ਇੱਕ ਡਾਇਲੋਗ ਬੋਲਿਆ ਗਿਆ ਜਿਸ ਵਿਅਕਤੀ ਨੂੰ ਬਣਾਇਆ ਗਿਆ ਤਾਂ ਉਹਨੇ ਕਿਹਾ ਕਿ ਅਸੀਂ ਖਾਲਸਤਾਨ ਮੰਗਦੇ ਹਾਂ ਤੁਸੀਂ ਬਈ। ਉਹਨੇ ਕਿਹਾ ਇੰਦਰਾ ਗਾਂਧੀ ਨੂੰ ਵੀ ਤੈਨੂੰ ਵੋਟਾਂ ਚਾਹੀਦੀਆਂ ਤੇ ਸਾਨੂੰ ਖਾਲਿਸਤਾਨ। ਬਾਈ ਜੀ ਮੈਂ ਤੁਹਾਨੂੰ ਦੱਸ ਦਿੰਦਾ, ਸੰਤਾਂ ਨੇ ਹਮੇਸ਼ਾ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਹੈ, ਵੱਧ ਅਧਿਕਾਰਾਂ ਦੀ ਗੱਲ ਕੀਤੀ ਹੈ, ਬਈ ਸੂਬੇ ਨੂੰ ਅਧਿਕਾਰ ਦਏ ਜਾਣ। ਅਰੇ ਗੱਲ ਵੀ ਸਹੀ ਹੈ, ਖਾਲਿਸਤਾਨ ਦੀ ਕੋਈ ਗੱਲ ਸੀ ਨਹੀਂ, ਇੱਕ ਗੱਲ ਦੱਸੋ ਬਈ ਜੇ ਹੁਣ ਨੀ ਸੂਬਿਆਂ ਦਾ, ਹਰੇਕ ਸੂਬੇ ਦਾ ਅਲੱਗ ਕਾਨੂੰਨ, ਕਿਸੇ ਚ NDPS ਨਹੀਂ ਹੈ, ਕਿਸੇ ਚ ਹੈਗੀ ਹੈ, ਕਿਸੇ ਚ ਬਹੁਤ ਫਰਕ ਹੈ ਕਾਨੂੰਨਾਂ ਦਾ, ਲੜਾਈ ਝਗੜਿਆਂ ਦਾ ਬਹੁਤ ਫਰਕ ਹੈ, ਰਹਿਣ ਦਾ ਜਿਹੜੇ ਮਤਲਬ ਸ਼ਰਨ ਲੈਣ ਦਾ ਵੀ ਬਹੁਤ ਕੁਛ ਹੈ ਫਰਕ। ਇਹ ਜਿਹੜਾ ਜਿਹੜਾ ਸੰਤਾਂ ਦੀ ਮੰਗ ਸੀ, ਸੰਤ ਕਹਿੰਦੇ ਸੀ ਬਈ ਸਾਨੂੰ ਅਧਿਕਾਰ ਦਿੱਤੇ ਜਾਣ। ਮੈਂ ਇੱਕ ਗੱਲ ਪਹਿਲਾਂ ਵੀ ਕਈ ਵਾਰੀ ਕਹਿਤੀ, ਮੈਂ ਹੁਣ ਵੀ ਕਹਿੰਦਾ ਬਈ ਜੇ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਹੋ ਸਕਦਾ ਹੈ, ਜੇ ਤੁਸੀਂ ਇਸ ਦੇਸ਼ ਦੀ ਭਲਾ ਚਾਹੁੰਦੇ ਹੋ ਕਿ ਇੰਡੀਆ ਡਿਵੈਲਪ ਕਰੇ, ਤਾਂ ਯੂਨਾਈਟਿਡ ਸਟੇਟਸ ਆਫ ਇੰਡੀਆ ਬਣਾਉਣਾ ਹੀ ਪੈਣਾ ਇਹਨੂੰ। ਲੱਗਦਾ ਕਿ ਸਾਰਿਆਂ ਨੂੰ ਯੂਨਾਈਟਿਡ ਸਟੇਟਸ ਆਫ ਇੰਡੀਆ ਦੇ ਤੌਰ ਤੇ ਦਿਖਾਇਆ ਜਾਵੇ, ਬਿਲਕੁਲ ਮਤਲਬ ਵੀ ਰਹਿਣਾ ਇਕੱਠੇ ਹੈ ਜਿਵੇਂ ਅਮੈਰੀਕਾ ਦੇ ਹੈ ਇਕੱਠੇ, ਪਰ ਹਰੇਕ ਸੂਬੇ ਦਾ ਅਲੱਗ ਕਾਨੂੰਨ ਹੈ, ਸਮਝਦੇ ਹੋ ਮੇਰੀ ਗੱਲ? ਪ੍ਰੈਜ਼ੀਡੈਂਟ ਇੱਕ ਹੈ, ਫੌਜ ਇੱਕ ਹੈ, ਸਾਰਾ ਕੰਟਰੋਲ ਇੱਕ ਕੋਲ ਹੀ ਹੈ, ਬਸ ਕਾਨੂੰਨ ਆਪਣੇ ਸੂਬੇ ਦਾ ਆਪਣਾ ਹੈ, ਬਸ ਇੰਨੀ। ਤੁਹਾਨੂੰ ਲੱਗਦਾ ਹੈ ਕਿ ਅੱਜ ਇੰਡੀਆ ਦੇ ਵਿੱਚ ਵੀ ਜਿਹੜੇ ਸੂਬੇ ਨੇ, ਵੱਖ ਵੱਖ ਰਾਜ ਨੇ, ਵੱਖ ਵੱਖ ਇਹਨਾਂ ਦੇ ਆਪਦੇ ਮੁਤਾਬਕ ਅਧਿਕਾਰ ਹੋਣੇ ਚਾਹੀਦੇ ਆ? ਅਧਿਕਾਰ ਹੋਣੇ ਚਾਹੀਦੇ ਆ। ਸਿਰਫ ਜਿਹੜੀ ਬੀਜੇਪੀ ਦੀ ਸੋਚ ਹੈ ਬਈ ਅਸੀਂ ਸਾਰਿਆਂ ਨੂੰ ਹਿੰਦੂ ਬਣਾ ਦਈਏ, ਇਹਨਾਂ ਦੀ ਮਤਲਬ ਮੇਨ ਸੋਚ ਇਹ ਹੈ ਬਈ ਅਸੀਂ
ਹਰੇਕ ਸਟੇਟ ਦੇ ਵਿਚ ਹਿੰਦੀ ਲਾਗੂ ਕਰ ਦਈਏ, ਬਾਕੀ ਭਾਸ਼ਾਵਾਂ ਚੱਕ ਕੇ ਜੇ ਇਸ ਦੇਸ਼ ਦੇ ਵਿਚ ਸਾਰਿਆਂ ਨੂੰ ਹਿੰਦੂ ਬਣਾਉਣਾ ਹੈ ਤਾਂ ਉਹਨਾਂ ਨੂੰ ਹਿੰਦੀ ਪੜ੍ਹਨ ਲਾ ਦੋ। ਇਹਨਾਂ ਦਾ ਮੇਨ ਮੋਟੋ ਹੈ ਜਿਹੜਾ ਉਹ ਇਹ ਹੈ ਵੀ ਹੋਰ ਕੋਈ ਭਾਸ਼ਾ ਨਾ ਆਉਂਦੀ ਹੋਵੇ ਲੋਕਾਂ ਨੂੰ, ਸਿਰਫ ਹਿੰਦੀ ਆਉਂਦੀ ਹੋਵੇ। ਅੱਛਾ, ਤੁਸੀਂ ਇਸ ਮਸਲੇ ਤੇ ਕੀ ਤੁਸੀਂ ਪਾਰਲੀਮੈਂਟ ਦੇ ਵਿਚ ਵੀ ਇਹ ਗੱਲ ਰੱਖੋਗੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਯੂਨਾਈਟਿਡ ਸਟੇਟਸ ਆਫ ਇੰਡੀਆ ਜਿਹੜਾ ਹੋਣਾ ਚਾਹੀਦਾ? ਹਾਂ ਬਿਲਕੁਲ ਰੱਖਾਂਗੇ, ਸਾਨੂੰ ਤਾਂ ਟਾਈਮ ਨਹੀਂ ਦਿੰਦੇ ਮੈਨੂੰ ਤਾਂ। ਮੈਨੂੰ ਪੁੱਛਦੇ ਸੀ ਕਹਿੰਦੇ ਕੀ ਗੱਲ ਕਰਨੀ ਹੈ, ਮੈਂ ਕਿਹਾ ਮੈਂ ਬੰਦੀ ਸਿੰਘਾਂ ਬਾਰੇ ਗੱਲ ਕਰਨੀ ਹੈ। ਉਹ ਕਹਿੰਦੇ ਜੀ ਇਹ ਕੰਟਰੋਵਰਸ਼ੀਅਲ ਇਸ਼ੂ ਹੈ, ਯੂ ਕਾਂਟ ਟਾਕ ਡਾਇਰੈਕਟ ਵੇ ਲਾਈਕ ਦਿਸ, ਤੇ ਬਈ ਜੇ ਤੁਸੀਂ ਬੋਲਣਾ ਹੈ ਤੁਹਾਨੂੰ 0 ਆਵਰ ਦੇ ਵਿਚ ਤੁਹਾਡੀ ਪਰਚੀ ਨਿਕਲਣੀ ਚਾਹੀਦੀ ਹੈ, ਤੁਸੀਂ ਤਾਂ ਬੋਲ ਸਕਦੇ ਹੋ, ਜਾਂ ਕਿਸੇ ਮੁੱਦੇ ਤੇ ਡਿਬੇਟ ਚੱਲਦੀ ਹੋਵੇ ਤੁਸੀਂ ਤਾਂ ਬੋਲ ਸਕਦੇ ਹੋ, ਅਦਰਵਾਈਜ਼ ਤੁਸੀਂ ਬੋਲ ਨਹੀਂ ਸਕਦੇ। ਅੱਛਾ, ਤੁਸੀਂ ਪਾਰਲੀਮੈਂਟ ਦੇ ਵਿਚ ਉੱਥੇ ਕਗਰਾ ਨੌਤ ਵੀ ਉੱਥੇ ਆਏ ਹੋਣੇ, ਤੁਸੀਂ ਮੁਲਾਕਾਤ ਹੋਈ ਕੋਈ? ਜੇ ਮੁਲਾਕਾਤ ਹੋਈ ਤਾਂ ਉੱਥੇ ਜਿਸ ਤਰ੍ਹਾਂ ਦੇ ਬਿਆਨ ਆਉਂਦੇ ਆ ਨਿੱਜੀ ਤੌਰ ਤੇ ਕੀ ਸਮਝਦੇ ਤੁਸੀਂ? ਨਹੀਂ ਜੀ, ਮੈਂ ਨਹੀਂ ਸਮਝਦਾ। ਮੈਂ ਤਾਂ ਸਮਝਦਾ ਵੀ ਤੁਹਾਨੂੰ ਵੀ ਹੁਣ ਇਸ ਤੋਂ ਬਾਅਦ ਕਦੇ ਇਹਦਾ ਨਾਮ ਹੀ ਨਹੀਂ ਲੈਣਾ ਚਾਹੀਦਾ। ਇਹ ਭਾਜੀ ਘਟੀਆ ਸ਼ੋਹਰਤ ਭਾਲਦੀ ਹੈ, ਇਹ ਕਹਿੰਦੀ ਵੀ ਚਾਹੇ ਮੈਨੂੰ ਗਾਲਾਂ ਕੱਢੀ ਜਾਓ, ਕੱਢੋ ਤਾਂ ਸਹੀ। ਆਹੀ ਹੋ ਰਿਹਾ ਹੈ ਨਾ, ਇਹਨੂੰ ਪਤਾ ਵੀ ਜੋ ਮੈਂ ਬਿਆਨ ਦਊਂਗੀ ਉਸ ਤੇ ਕੰਟਰੋਵਰਸੀ ਹੋਊਗੀ, ਲੋਕੀ ਸਾਰੇ ਮੈਨੂੰ ਗਾਲਾਂ ਕੱਢਣਗੇ। ਢੀਠ ਜਨਾਨੀ ਹੈ ਨਾ, ਜਿਹਨੂੰ ਢੀਠ ਕਹੀਦਾ ਉਹ ਹੈ। ਅੱਛਾ, ਚਲੋ ਹੁਣ ਪੰਜਾਬ ਦੀ ਸਿਆਸਤ ਦੀ ਗੱਲ ਥੋੜੀ ਜਿਹੀ ਕਰ ਲੈਂਦੇ ਹਾਂ ਕਿ ਜਿਹੜੀਆਂ ਜ਼ਿਮਨੀ ਚੋਣਾਂ ਦੀ ਗੱਲ ਹੋ ਰਹੀ ਹੈ, ਚਾਹੇ ਗਿੱਦੜਬਾ ਹੋਵੇ, ਚਾਹੇ ਬਰਨਾਲਾ ਹੋਵੇ, ਡੇਰਾ ਬਾਬਾ ਨਾਨਕ ਹੋਵੇ, ਤਾਂ ਇਹ ਸੀਟਾਂ ਤੇ ਜ਼ਿਮਨੀ ਚੋਣ ਨੂੰ ਲੈ ਕੇ ਤੁਸੀਂ ਅੱਗੇ ਵੀ ਕਈ ਵਾਰੀ ਜਵਾਬ ਦੇ ਚੁੱਕੇ, ਪਰ ਕੀ ਕੋਈ ਰਣਨੀਤੀ ਬਣ ਰਹੀ ਹੈ, ਕਿਸ ਤਰ੍ਹਾਂ ਦੀ ਤਿਆਰੀ? ਅਸੀਂ ਜੀ ਦੇਖੋ, ਅਸੀਂ ਮੈਂ ਸਾਡੀ ਜਿਹੜੀ ਸੋਚ ਹੈ, ਮੈਂ ਤੇ ਬਾਪੂ ਜੀ ਅੰਮ੍ਰਿਤਪਾਲ ਹੋਣੀ, ਅਸੀਂ ਆਪਣੇ ਕੈਂਡੀਡੇਟ ਖੜੇ ਕਰਾਂਗੇ ਤੇ ਬਾਕੀ ਕੋਈ ਵੀ ਕਰ ਸਕਦਾ ਹੈ, ਅਸੀਂ ਨਹੀਂ ਰੋਕਦੇ। ਅਸੀਂ ਵੀ ਜਿਵੇਂ ਹੁਣ ਮੈਂ MP ਦਾ ਇਲੈਕਸ਼ਨ ਲੜਿਆ ਸੀ, ਅਸੀਂ ਸੋਚ ਕੇ ਲੜਿਆ ਹੈ ਔਰ ਅੱਗੇ ਵੀ ਇਹੀ ਸੋਚ ਕੇ ਵਧਣਾ ਹੈ ਵੀ ਕਿਸੇ ਦੇ ਕੋਲ ਨਹੀਂ ਜਾਣਾ। ਜਦੋਂ ਅਸੀਂ ਜਾਂਦੇ ਹਾਂ ਜੀ, ਤੁਸੀਂ ਆਪਣਾ ਕੈਂਡੀਡੇਟ ਬਿਠਾ ਲਓ, ਅਸੀਂ ਕਮਜ਼ੋਰ ਥੋੜੀ ਹੈ। ਇੰਡੀਪੈਂਡੈਂਟ ਇਲੈਕਸ਼ਨ ਲੜਾਉਂਗੇ ਜਾਂ ਕੋਈ ਇੱਕ ਪਾਰਟੀ ਇੱਕ ਨਾਮ ਬਣਾ ਕੇ? ਇੰਡੀਪੈਂਡੈਂਟ ਲੜਾ ਲਈਏ ਚਾਹੇ ਨਾਮ ਬਣਾ ਕੇ ਲਾ ਲਈਏ, ਮੇਰਾ ਤੇ ਅੰਮ੍ਰਿਤਪਾਲ ਦੇ ਬਾਪੂ ਅੰਮ੍ਰਿਤਪਾਲ ਉਹਨਾਂ ਦਾ ਇੱਕੋ ਕੈਂਡੀਡੇਟ ਹੋਊਗਾ ਸਾਡਾ, ਕਿਉਂਕਿ ਅਸੀਂ MP ਦੇ ਇਲੈਕਸ਼ਨ ਦੇ ਵਿਚ ਵੀ ਕਿਸੇ ਕੋਲ ਨਹੀਂ ਸੀ ਗਏ, ਅਸੀਂ ਮਿੱਥ ਲਿਆ ਹੈ ਜਿੱਥੇ ਭਾਜੀ ਕਾਂਗਰਸ ਨੇ, BJP ਨੇ, ਆਮ ਨੇ, ਬਾਦਲ ਨੇ ਕੈਂਡੀਡੇਟ ਖੜੇ ਕਰਨਾ ਹੈ, ਉੱਥੇ ਇਹ ਕਰ ਲੈਣਗੇ, ਫਿਰ ਕੀ ਹੋ ਜਾਊਗਾ? ਅੱਛਾ, ਕੋਈ ਇੱਕ ਦਾ ਨਾਮ ਹੁਣ ਤੱਕ ਫਾਈਨਲ ਹੋ ਗਿਆ? ਹਾਂ ਹੋ ਗਿਆ ਜੀ, ਦੀਪ ਸਿੱਧੂ ਦਾ ਬ੍ਰਦਰ ਮਨਦੀਪ ਸਿੱਧੂ ਲੜ ਰਿਹਾ ਉੱਥੋਂ ਆਪਣਾ ਗਿੱਦੜਵਾਹਾ ਤੋਂ, ਤੇ ਇੱਕ ਅਸੀਂ ਹਲੇ ਨਾਮ ਚ ਚਰਚਾ ਚ ਹੈਗਾ ਹੈ, ਰਾਉਕੇ ਬਰਨਾਲੇ ਤੋਂ। ਅੱਛਾ, ਦੋ ਨਾਮ ਤਕਰੀਬਨ ਫਾਈਨਲ? ਤਕਰੀਬਨ ਫਾਈਨਲ ਹੈ ਸਾਡੇ। ਅੱਛਾ, ਆਫੀਸ਼ੀਅਲੀ ਕਦੋਂ ਤੱਕ? 100% ਫਾਈਨਲ ਹੈ ਗਿੱਦੜਵਾਏ ਵਾਲਾ ਤਾਂ। ਪਹਿਲਾਂ ਤਾਂ ਦੇਖੋ ਸਾਡੀ ਸਲਾਹ ਨਹੀਂ ਸੀ ਲੜਨ ਦੀ ਇਲੈਕਸ਼ਨ। ਅੱਛਾ, ਅੰਮ੍ਰਿਤਪਾਲ ਨੇ ਹਾਂ ਕਰ ਦਿੱਤੀ ਹੈ ਦੀਪ ਸਿੱਧੂ ਦੇ ਭਰਾ ਦੇ ਨਾਮ ਲਈ? ਹਾਂ ਹੋ ਗਈ ਹੈ ਜੀ, ਹਾਂ ਹੋ ਗਈ ਹੈ। ਕਦੋਂ ਤੱਕ ਆਫੀਸ਼ੀਅਲੀ ਅਨਾਉਂਸ ਕਰ ਦੋਗੇ? ਆਫੀਸ਼ੀਅਲੀ ਹੈ, ਆ ਵੀ ਆਫੀਸ਼ੀਅਲੀ ਹੈ, ਅਨਾਉਂਸ ਹੋ ਗਿਆ, ਸਮਝ ਲਿਆ ਜੀ, ਸਮਝ ਲਓ, ਹੋ ਗਿਆ ਹੋ ਗਿਆ। ਬਾਪੂ ਜੀ ਆ ਕੇ ਉੱਥੇ ਹਾਜ਼ਰੀ ਲਵਾ ਗਏ, ਇੱਕ ਦਿਨ ਪ੍ਰਚਾਰ ਕਰਕੇ ਸਾਡੇ ਨਾਲ ਪਿੰਡ ਕੱਢ ਗਏ। ਤਾਂ ਕਹਿ ਦਈਏ ਕਿ ਹੁਣ ਕੀ ਕਹੀਏ, ਪੰਥਕ ਤੁਹਾਡਾ ਕਹੀਏ ਜਾਂ ਸਰਬਜੀਤ ਤੁਹਾਡਾ ਕਹੀਏ? ਅਸੀਂ ਸਾਡੇ ਕੋਲ ਉਹ ਡਰਾਮੇ ਨਹੀਂ ਹੁੰਦੇ ਜੀ, ਕਾਨਫਰੰਸ ਕਰੋ ਫਿਰ ਅਸੀਂ ਐਲਾਨ ਕਰਾਂਗੇ ਸ਼ੋਸ਼ੇਬਾਜ਼ੀ, ਸਾਡਾ ਤਾਂ ਆਹੀ ਐਲਾਨ ਹੈ, ਐਂ ਚੱਲੂ ਕੰਮ।
ਅਸੀਂ ਜੇ ਸੰਬੋਧਨ ਕਰੀਏ ਤਾਂ ਕੀ ਪੰਥਕ ਧੜੇ ਨੇ ਮਨਦੀਪ ਸਿੱਧੂ ਨੂੰ ਲਾਣ ਜੋ ਮਰਜ਼ੀ ਕਹਿ ਦੋ, ਸਾਡੇ ਵੱਲੋਂ ਮੇਰੇ ਵੱਲੋਂ ਤੇ ਅੰਮ੍ਰਿਤਪਾਲ ਵੱਲੋਂ ਕੈਂਡੀਡੇਟ ਹੈ, ਜੋ ਮਰਜ਼ੀ ਕਹਿ ਦੋ ਤੁਸੀਂ, ਇਹਨਾਂ ਦੀ ਨਿੱਜੀ ਪਾਰਟੀ ਦਾ ਕਹਿ ਦੋ, ਇਹਨਾਂ ਦਾ ਪੰਥਕ ਕਹਿ ਦੋ, ਜੋ ਤੁਹਾਨੂੰ ਠੀਕ ਲੱਗਦਾ ਕਹਿ ਦੋ, ਸਾਡਾ ਕੈਂਡੀਡੇਟ ਹੈ ਜੀ। ਤਾਂ ਸਰਬਜੀਤ ਸਿੰਘ ਖਾਲਸਾ ਹੋਣੀ ਮੈਂਬਰ ਪਾਰਲੀਮੈਂਟ ਫਰੀਦਕੋਟ ਤੋਂ ਕਹਿੰਦੇ ਨੇ ਜੀ ਗਿੱਦੜਵਾ ਤੋਂ ਸਾਡੇ ਉਮੀਦਵਾਰ ਦਾ ਨਾਮ ਫਾਈਨਲ ਹੋ ਚੁੱਕਿਆ, ਉਪ ਚੋਣ ਹਾਲੇ ਉਪ ਚੋਣ ਦਾ ਬੇਸ਼ੱਕ ਐਲਾਨ ਨਹੀਂ ਹੋਇਆ ਪਰ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਮਨਦੀਪ ਸਿੱਧੂ, ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਉਮੀਦਵਾਰ ਹੋਣਗੇ, ਪੰਥਕ ਧੜਾ ਕਹਿ ਲਈਏ ਜਾਂ ਸਰਬਜੀਤ ਖਾਲਸਾ ਅਤੇ ਅੰਮ੍ਰਿਤਪਾਲ ਖਾਲਸਾ ਦਾ ਧੜਾ ਕਹਿ ਲਈਏ, ਇਹਨਾਂ ਦੇ ਵੱਲੋਂ ਕਹਿੰਦੇ ਨੇ ਕਿ ਸਹਿਮਤੀ ਬਣ ਚੁੱਕੀ ਹੈ, ਮਨਦੀਪ ਸਿੱਧੂ ਉਮੀਦਵਾਰ ਹੋਣਗੇ, ਪਰ ਨਾਲ ਹੀ ਇੱਕ ਹੋਰ ਬਿਆਨ ਦਿੰਦੇ ਨੇ ਕਿ ਜੀ ਵੀ ਸੀ ਪਹਿਲਾਂ ਸਾਡੇ ਵਿੱਚ ਸੁਖਵਿੰਦਰ ਬਾਈ ਜੀ ਨਾਲ ਵੀ ਗੱਲ ਸੀਗੀ, ਸੁਖਵਿੰਦਰ ਅਗਵਾਨ ਜਿਹੜੇ ਤੁਹਾਡੇ ਸਤਵੰਤ ਸਿੰਘ ਦੇ ਭਤੀਜੇ ਨੇ, ਭਤੀਜੇ ਨੇ, ਉਹਦੇ ਨਾਲ ਮੇਰਾ ਭਰਾ ਹੀ ਆਇਆ, ਉਹ ਭਤੀਜਾ ਤਾਂ ਮਤਲਬ ਸਮਝ ਲਓ ਪਹਿਲਾਂ। ਫਿਰ ਮੇਰੀ ਮਾਤਾ ਜੀ ਨਾਲ ਵੀ ਗੱਲ ਹੋਈ ਵੀ ਕਿਵੇਂ ਕਰਨਾ ਹੈ, ਆਪਾਂ ਖੜਾ ਕਰ ਦਈਏ ਇਹਨੂੰ। ਫਿਰ ਮਾਤਾ ਜੀ ਨੇ ਪਹਿਲਾਂ ਸੁਖਵਿੰਦਰ ਰੈਡੀ ਸੀਗਾ, ਫਿਰ ਸਰਵਣ ਭਾਜੀ ਨਾਲ ਗੱਲ ਹੋਈ, ਉਹ ਥੋੜੇ ਜੇ ਮਤਲਬ ਕਹਿੰਦੇ ਆ ਵੀ ਹਲੇ ਅਸੀਂ ਇਲੈਕਸ਼ਨ ਨਾ ਲੜੀਏ ਤਾਂ ਵਧੀਆ, ਬਈ ਅਸੀਂ ਆਉਣ ਵਾਲੇ ਫਰਦਰ ਫਿਊਚਰ ਵਿੱਚ ਮਤਲਬ 27 ਵਿੱਚ ਇਲੈਕਸ਼ਨ ਲੜ ਲਾਂਗੇ, ਬਈ ਸਾਨੂੰ ਇਹ ਆ ਵੀ ਅਸੀਂ ਹਲੇ ਨਾ ਲੜੀਏ, ਪਹਿਲਾਂ ਮੇਰੀ ਉਸੇ ਦੀ ਸਲਾਹ ਸੀ। ਯਾਨੀ ਤੁਹਾਡੇ ਪਿਤਾ ਦੇ ਸਾਥੀ ਸਤਵੰਤ ਸਿੰਘ ਦੇ ਭਤੀਜੇ ਦੇ ਨਾਮ ਤੇ ਵੀ ਪਹਿਲਾਂ ਸਹਿਮਤੀ ਬਣ ਰਹੀ ਸੀ, ਸਹਿਮਤੀ ਸੀਗੀ ਬਣ ਚੁੱਕੀ ਸੀ। ਫਿਰ ਮੈਂ ਮਾਤਾ ਜੀ ਕੋਲੇ ਗਿਆ, ਗੱਲ ਹੋਈ ਮਾਤਾ ਪਿਆਰ ਕੌਰ ਕੋਲੇ ਤੇ ਸਤਵੰਤ ਸਿੰਘ ਜੀ ਦੇ ਤੇ ਸਰਵਣ ਭਾਜੀ ਕੋਲੇ, ਉਹ ਕਹਿੰਦੇ ਜੀ ਤੁਸੀਂ ਇਹ ਵਾਲਾ ਇਲੈਕਸ਼ਨ ਕੱਢੋ, ਅਸੀਂ ਗਾਂਹ ਨੂੰ ਇਲੈਕਸ਼ਨ ਲੜ ਲਾਂਗੇ। ਵੈਸੇ ਤਾਂ ਉਹ ਮਨਾ ਹੀ ਕਰਦੇ ਆ ਵੀ ਅਸੀਂ ਇਲੈਕਸ਼ਨ ਲੜਨੇ ਹੀ ਨਹੀਂ ਲੜਾਵਾਂਗੇ, ਇਲੈਕਸ਼ਨ ਇਹਨਾਂ ਨੂੰ ਵੀ ਲੜਾਵਾਂਗੇ, ਬੀਬੀ ਖਾਲੜਾ ਨੂੰ ਵੀ ਲੜਾਵਾਂਗੇ, ਸਾਰਿਆਂ ਨੂੰ ਲੜਾਵਾਂਗੇ, ਬੀਬੀ ਖਾਲੜਾ ਨੂੰ ਅਗਲੀ ਵਾਰੀ ਤੁਸੀਂ ਚੋਣ ਲੜਾਓਗੇ? ਆਈ ਚ ਪੱਕਾ ਲੜਾਵਾਂਗੇ, ਪੱਕਾ ਲੜਾਵਾਂਗੇ, ਬੀਬੀ ਜੀ ਤਾਂ ਮਨਾ ਕਰਦੇ ਆ ਪਰ ਲੜਾਵਾਂਗੇ। ਅੱਛਾ ਕਿੱਥੋਂ ਲੜਨਾ ਇਹ ਵੀ ਤੈਅ ਹੋ ਰਿਹਾ? ਇਹ ਨਹੀਂ ਦਲੇ ਤੈਅ, ਜਿੱਥੋਂ ਕਹਿਣਗੇ ਉੱਥੋਂ ਹੀ ਲੜ ਲੈਣ। ਅੱਛਾ ਲੱਗਦਾ ਕੀ ਹੈ ਜਿਹੜੀਆਂ ਚਾਰ ਜ਼ਿਮਨੀ ਚੋਣਾਂ ਨੇ ਇਹਨਾਂ ਚ ਕੀ ਲੱਗਦਾ? ਦੇਖੋ ਜੀ ਸਾਡੇ ਵਾਲੀ ਸੀਟ ਤਾਂ ਜਾ ਕੇ ਦੇਖ ਲਓ ਵੀ ਜਿੱਤੀ ਪਈ ਹੈ, ਗਿੱਦੜਵਾ ਤਾਂ ਜਿੱਤੀ ਪਈ ਹੈ ਸੀਟ ਸਾਡੀ। ਤਾਂ ਸਰਬਜੀਤ ਸਿੰਘ ਖਾਲਸਾ ਹੋਣੀ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕਰ ਰਿਹਾ ਸੀ, ਕਹਿੰਦੇ ਨੇ ਕਿ ਮਨਦੀਪ ਸਿੱਧੂ, ਦੀਪ ਸਿੱਧੂ ਦੇ ਭਰਾ ਗਿੱਦੜਵਾ ਤੋਂ ਉਮੀਦਵਾਰ ਹੋਣਗੇ ਔਰ 27 ਦੀਆਂ ਚੋਣਾਂ ਦੇ ਵਿੱਚ ਬੀਬੀ ਖਾਲੜਾ ਸਮੇਤ ਕਈ ਐਸੇ ਚਿਹਰੇ ਜਿਹੜੇ ਨੇ ਉਹ ਤੁਹਾਨੂੰ ਰਾਜਨੀਤੀ ਦੇ ਮੈਦਾਨ ਦੇ ਵਿੱਚ ਨਜ਼ਰ ਆਉਣਗੇ। ਔਰ ਨਾਲ ਹੀ ਇੱਕ ਹੋਰ ਸਰਬਜੀਤ ਸਿੰਘ ਖਾਲਸਾ ਦਾ ਬਿਆਨ ਕਿ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੀ ਤਰ੍ਹਾਂ ਯੂਨਾਈਟਿਡ ਸਟੇਟਸ ਆਫ ਇੰਡੀਆ ਬਣਾਇਆ ਜਾਵੇ, ਸੂਬਿਆਂ ਨੂੰ ਆਪਣੇ ਵੱਧ ਅਧਿਕਾਰ ਦਿੱਤੇ ਜਾਣ, ਜਿਹੜੇ ਮਸਲੇ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਜਿੱਥੇ ਹਮੇਸ਼ਾ ਚਰਚਾ ਹੁੰਦੀ ਰਹੀ ਹੈ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਵੀ ਕਹਿੰਦੇ ਨੇ ਇਹੀ ਗੱਲ ਕੀਤੀ ਸੀ, ਖਾਲਿਸਤਾਨ ਦੀ ਗੱਲ ਨਹੀਂ ਸਗੋਂ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕੀਤੀ ਸੀ, ਤਾਂ ਉਸੇ ਤਰਜ਼ ਤੇ ਯੂਨਾਈਟਿਡ ਸਟੇਟਸ ਆਫ ਇੰਡੀਆ ਬਣਾਇਆ ਜਾਵੇ।